ਕਿ ਤੁਸੀਂ 23 ਸਾਲ 24 ਸਾਲ ਕੈਨੇਡਾ ਲਾ ਕੇ ਤੁਸੀਂ ਇੱਥੇ ਆ ਕੇ ਆਪਣਾ ਜੋਬ ਜਾਂ ਆਪਣਾ ਕੰਮ ਹੈ ਜੋ ਸਿਸਟਮ ਇੱਥੇ ਡਿਵੈਲਪ ਕੀਤਾ ਆਪਣਾ ਇੱਥੇ ਲਾਇਆ ਹੈ ਸਿਸਟਮ, ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੇਰਾ ਬੇਟਾ ਹੈ ਜੋ 10ਵੀਂ 'ਚ ਹੈ ਹੁਣ, ਵੀ ਅਸੀਂ ਸਿਰਫ ਉਹਨੂੰ ਦਿਖਾ ਕੇ ਹੀ ਇੱਥੇ ਦੱਸੀਏ ਵੀ ਇਹ ਵੀ ਕੈਨੇਡਾ ਅਮੈਰੀਕਾ ਇੱਥੇ ਹੈਗਾ ਜੇ ਆਪਾਂ ਆਪਣੇ ਮਨ ਨਾਲ ਇੱਥੇ ਕੁਛ ਕਰੀਏ, ਆਪਣੇ ਮੁਲਕ 'ਚ ਰਹਿ ਕੇ ਆਪਾਂ ਆਪ ਹੀ ਕੰਮ ਕਰ ਸਕਦੇ, ਵਧੀਆ ਰੋਟੀ ਖਾ ਸਕਦੇ, ਬਿਲਕੁਲ ਜੇ ਆਪਾਂ ਉੱਥੇ 16 ਘੰਟੇ ਕੰਮ ਕਰਦੇ ਹਾਂ ਅਤੇ ਇੱਥੇ 12 ਘੰਟੇ ਵੀ ਕਰੀਏ ਆਪਾਂ ਤਾਂ ਵੀ ਆਪਾਂ ਉਨੀ ਸਕੂਨ ਨਾਲ ਆਪਾਂ ਰਹਿ ਸਕਦੇ, ਕੋਈ ਸ਼ੱਕ ਨਹੀਂ ਇਸ ਗੱਲ 'ਚ। ਮੈਂ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਪਲੀਜ਼ ਆਪਾਂ ਇਹੋ ਜਿਹੇ ਧੰਦੇ ਕਰਕੇ ਆਪਾਂ ਆਪਣੇ ਪੰਜਾਬ ਨੂੰ ਆਪਣੇ ਵਿਰਸੇ ਨੂੰ ਸਾਂਭ ਕੇ ਰੱਖੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਕਿੱਡੇ ਮਾਣ ਦੀ ਗੱਲ ਹੈ ਕਿ ਤੁਸੀਂ ਸਾਰੇ ਦਾ ਸਾਰਾ ਪਰਿਵਾਰ ਕੰਗ ਗੋਟ ਫਾਰਮ 'ਤੇ ਆਏ ਹੋ ਜੀ। ਸਰ ਕਿੱਥੋਂ ਆਏ ਹੋ ਪਹਿਲਾਂ ਇਹ ਦੱਸੋ, ਕੀ ਕਰਨ ਆਏ ਹੋ ਦੱਸੋ। ਮੇਰਾ ਪਿੰਡ ਬੱਲਣਾ ਹੈ ਜੀ, ਹਾਂਜੀ, ਤਹਿਸੀਲ ਮੂਣਕ ਜ਼ਿਲ੍ਹਾ ਸੰਗਰੂਰ। ਨਾਮ ਵੀ ਦੱਸੋ ਆਪਣਾ ਪਹਿਲਾਂ। ਜਗਤਾਰ ਸਿੰਘ ਹੈ ਜੀ ਮੇਰਾ ਨਾਮ, ਹਾਂਜੀ। ਅਤੇ ਜਦ ਅਸੀਂ ਪਹਿਲੀ ਵਾਰੀ ਤੁਹਾਡਾ ਜੋ ਸੁਣਿਆ ਸੀਗਾ ਕਿ ਤੁਸੀਂ 23 ਸਾਲ 24 ਸਾਲ ਕੈਨੇਡਾ ਲਾ ਕੇ ਤੁਸੀਂ ਇੱਥੇ ਆ ਕੇ ਆਪਣਾ ਜੋਬ ਜਾਂ ਆਪਣਾ ਕੰਮ ਹੈ ਜੋ ਸਿਸਟਮ ਇੱਥੇ ਡਿਵੈਲਪ ਕੀਤਾ ਆਪਣਾ ਇੱਥੇ ਲਾਇਆ ਸਿਸਟਮ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਅਤੇ ਮੈਂ ਵੀ ਇੱਕ ਨਵੀਂ ਜਨਰੇਸ਼ਨ ਨੂੰ ਇੱਕ ਉਹ ਦੇਣਾ ਚਾਹੁੰਦਾ ਮੈਸੇਜ ਕਿ ਮੇਰਾ ਬੇਟਾ ਹੈ ਜੋ 10ਵੀਂ 'ਚ ਹੈ ਹੁਣ। ਅੱਛਾ ਜੀ, ਉਹ ਕਿੱਥੇ ਨੇ ਅੱਜ? ਉਹ ਨਹੀਂ ਆਏ ਅੱਜ, ਇੱਕ ਮੇਰਾ ਸਟੋਰ ਹੈ ਜਾਖੜ, ਉੱਥੇ ਬੈਠੇ ਨੇ ਅੱਜ, ਸਾਰਾ ਫੈਮਿਲੀ ਅਸੀਂ ਇੱਥੇ, ਉਹ ਸਾਂਭ ਰਿਹਾ। ਵੈਰੀ ਗੁੱਡ। ਉਹਨੂੰ ਬਾਹਰ ਜਾਣ ਦਾ, ਉਹਨੇ 2 ਸਾਲਾਂ ਬਾਅਦ ਉਹਨੇ ਬਾਹਰ ਦੀ ਤਿਆਰੀ ਕਰ ਰੱਖੀ ਹੈ। ਹਾਂਜੀ, ਅਤੇ ਅਸੀਂ ਸੋਚਦੇ ਹਾਂ ਵੀ ਉਹਨੂੰ ਕੁਛ ਨਾ ਕਹਿ ਕੇ, ਹਾਂਜੀ, ਵੀ ਅਸੀਂ ਸਿਰਫ ਉਹਨੂੰ ਦਿਖਾ ਕੇ ਹੀ ਇੱਥੇ ਦੱਸੀਏ ਵੀ ਇਹ ਵੀ ਕੈਨੇਡਾ ਅਮਰੀਕਾ ਇੱਥੇ ਹੈਗਾ ਜੇ ਆਪਾਂ ਆਪਣੇ ਮਨ ਨਾਲ ਇੱਥੇ ਕੁਛ ਕਰੀਏ, ਵੀ ਆਪਣੇ ਮੁਲਕ 'ਚ ਰਹਿ ਕੇ ਆਪਾਂ ਆਪ ਹੀ ਕੰਮ ਕਰ ਸਕਦੇ, ਵਧੀਆ ਰੋਟੀ ਖਾ ਸਕਦੇ, ਬਿਲਕੁਲ ਜੇ ਆਪਾਂ ਉੱਥੇ 16 ਘੰਟੇ ਕੰਮ ਕਰਦੇ ਹਾਂ ਅਤੇ ਇੱਥੇ 12 ਘੰਟੇ ਵੀ ਕਰੀਏ ਆਪਾਂ ਤਾਂ ਵੀ ਆਪਾਂ ਉਨੀ ਸਕੂਨ ਨਾਲ ਆਪਾਂ ਰਹਿ ਸਕਦੇ, ਕੋਈ ਸ਼ੱਕ ਨਹੀਂ ਇਸ ਗੱਲ 'ਚ। ਤੁਸੀਂ ਤਾਂ ਐਕਸਪੀਰੀਅੰਸ ਲਈ ਚੁੱਕੇ ਹੋ, ਬਾਕੀ ਅਸੀਂ ਸੁਣਦੇ ਰਹਿੰਦੇ ਹਾਂ। ਮੈਂ 24 ਸਾਲ ਲਾ ਕੇ ਆਇਆ ਜੀ, ਹੁਣ ਸੱਚੀ ਦੱਸਾਂ ਤੁਹਾਨੂੰ ਭਾਅ ਜੀ, ਮੈਂ ਜਗਤਾਰ ਭਾਅ ਜੀ ਮੇਰਾ ਜਾਣ ਨੂੰ ਜੀ ਨਹੀਂ ਕਰਦਾ, ਬਿਲਕੁਲ ਮੇਰਾ ਵੀਜ਼ਾ ਐਕਸਪਾਇਰ ਹੋ ਚੁੱਕਿਆ, ਮੈਂ ਰੀਨਿਊ ਨਹੀਂ ਕਰਵਾਇਆ। ਮੈਂ ਕਿਹਾ ਜੇ ਰੀਨਿਊ ਹੋ ਕੇ ਮੇਰੇ ਦਿਮਾਗ 'ਚ ਗੱਲ ਆ ਜਾਂਦੀ ਵੀ ਜਾਣਾ, ਉਹਨੂੰ ਛੱਡ ਹੀ ਦਿਓ। ਬਿਲਕੁਲ ਜੀ, ਅਤੇ ਅੱਜ ਟ੍ਰੇਨਿੰਗ ਲੈਣਾ ਲਿੱਤੀ ਹੈ ਜੀ। ਓਕੇ, ਪਹਿਲਾ ਦਿਨ ਸੀ ਅੱਜ। ਕਿਵੇਂ ਲੱਗੀ ਟ੍ਰੇਨਿੰਗ ਤੁਹਾਨੂੰ? ਬਹੁਤ ਵਧੀਆ, ਉਹਨਾਂ ਨੇ ਆਪਣਾ ਅਵਤਾਰ ਬਾਸੀ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਢੰਗ ਨਾਲ ਦੱਸਿਆ ਸਾਨੂੰ, ਹੁਣ ਵੀ ਦੱਸ ਰਹੇ ਨੇ, ਮੈਂ ਘੁਮਾਉਣ ਵਾਸਤੇ ਲਿਆਇਆ ਸੀ। ਵੈਰੀ ਗੁੱਡ। ਹਾਂਜੀ, ਤੇ ਜੋ ਮੈਂ ਦੱਸਿਆ ਮੇਰੇ ਬਾਰੇ ਤੁਸੀਂ ਗੱਲ ਨਹੀਂ ਕਰਦੇ, ਨਹੀਂ ਤੁਸੀਂ ਤਾਂ ਦੇਖੋ ਪ੍ਰੈਕਟੀਕਲੀ ਜੋ ਪ੍ਰੈਕਟੀਕਲੀ ਚੀਜ਼ ਹੈ ਉਹ ਤਾਂ ਤੁਸੀਂ ਦੱਸੀ ਹੈ, ਹਾਂਜੀ, ਹੈ ਨਾ, ਉਹ ਤੁਸੀਂ ਦੱਸਦੇ ਰਹੋਗੇ, ਪ੍ਰੈਕਟੀਕਲ ਤਾਂ ਪੂਰੀ ਹੁੰਦੀ ਨਹੀਂ ਹੈਗੀ। ਮਜ਼ਾਕ ਕਰ ਰਹੇ ਹੋ, ਉਹ ਥਿਊਰੀਆਂ ਦੇਖੋ ਇੰਨੀ ਸੋਹਣੇ ਤਰੀਕੇ ਨਾਲ, ਹਰੇਕ ਮੈਡੀਸਨ ਦੇ ਬਾਰੇ, ਹਰੇਕ ਬਿਮਾਰੀ ਦੇ ਬਾਰੇ ਉਹ ਦੱਸ ਰਹੇ ਨੇ। ਹਾਂਜੀ, ਮੈਂ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਪਲੀਜ਼ ਆਪਾਂ ਇਹੋ ਜਿਹੇ ਧੰਦੇ ਕਰਕੇ ਆਪਾਂ ਆਪਣੇ ਪੰਜਾਬ ਨੂੰ ਆਪਣੇ ਵਿਰਸੇ ਨੂੰ ਸਾਂਭ ਕੇ ਰੱਖੀਏ, ਜੋ ਕਿ ਅੱਗੇ ਚੱਲ ਕੇ ਆਪਣੇ ਜਿਹੜੀ ਜਨਰੇਸ਼ਨ ਹੈ ਉਹ ਬਿਲਕੁਲ ਜੀ ਬਿਲਕੁਲ ਰਹੇ ਨਹੀਂ, ਤਾਂ ਸਾਰੀਆਂ ਕੋਠੀਆਂ ਮਹਿਲਾਂ ਖਾਲੀ ਹੋ ਕੇ ਸਭ ਬਾਹਰ ਜਾ ਰਹੇ। ਦੇਖੋ ਭਾਅ ਜੀ, ਜਦੋਂ ਤੁਸੀਂ ਪੰਜਾਬ ਇੱਕ ਵਾਰੀ ਆਪ ਖਾਲੀ ਕਰਕੇ ਜਾ ਰਹੇ ਹੋ, ਤੁਸੀਂ ਕਿਵੇਂ ਇਸ਼ੂ ਚੱਕ ਸਕਦੇ ਹੋ ਕਿ ਯੂਪੀ ਬਿਹਾਰ ਤੋਂ ਪ੍ਰਵਾਸੀ ਆ ਕੇ ਪੰਜਾਬ 'ਤੇ ਕਬਜ਼ਾ ਕਰ ਰਹੇ? ਬਿਲਕੁਲ ਆ ਰਹੇ ਨੇ ਜੀ, ਕੰਮ ਤਾਂ ਨਹੀਂ ਘੱਟ ਗਏ, ਕੰਮ ਤਾਂ ਉਨੇ ਹੀ ਨੇ। ਬਿਲਕੁਲ ਜੀ, ਇਹਨਾਂ ਦਾ ਕਰ ਲੈਣਾ ਜੀ। ਅੱਜ ਵੀ ਲਾ ਲਓ ਵੀ ਮੈਂ ਕਿਸੇ ਮੇਰੇ ਮਿੱਤਰ ਨਾਲ ਆਇਆ ਸੀਗਾ, ਉਹ ਏਜੰਸੀ 'ਚ ਕੰਮ ਕਰਦੇ ਨੇ, ਉਹ ਕਹਿੰਦਾ ਵੀ ਸਾਡੇ ਜਿਹੜੇ ਪੰਜਾਬੀ ਸੀਗੇ ਉਹ ਭੱਜ ਗਏ, ਕਹਿੰਦਾ ਯੂਪੀ ਬਿਹਾਰ ਤੋਂ ਮੁੰਡੇ ਆ ਗਏ, ਉਹ ਅੱਗੇ ਤੋਂ ਸੁਪਰਵਾਈਜ਼ਰ ਮੈਨੇਜਰ ਉਹ ਹੋਣਗੇ। ਉਹ ਹੋਣਗੇ, ਪੱਕੀ ਗੱਲ ਹੈ। ਚਲੋ ਮੈਡਮ ਨੂੰ ਕੋਈ ਪੁੱਛੀਏ ਥੋੜ੍ਹਾ ਬਹੁਤ ਕੁਛ? ਹਾਂਜੀ ਮੈਡਮ, ਆ ਫੜਿਓ ਹੱਥ ਤੁਸੀਂ ਆਪਣਾ, ਅਤੇ ਤੁਸੀਂ ਦੱਸੋ ਵੀ ਤੁਸੀਂ ਕਿਵੇਂ ਆਏ ਅੱਜ ਸਾਡੇ ਕੋਲ?
ਮਿਹਰਬਾਨੀ ਤੇ ਨਾਲ ਕੌਣ ਕੌਣ ਹੈ ਥੋੜੇ ਦੱਸੋ ਇੰਟਰੋਡਕਸ਼ਨ ਕਰਾਓ ਜਰਾ ਭੈਣ ਆਈ ਛੋਟੀ ਆ ਤੁਹਾਡੇ ਸਿਸਟਰ ਨੇ ਅੱਛਾ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਓਕੇ ਜੀ ਤੇ ਬੇਟਾ ਬੱਚੇ ਨੇ ਉਹਨਾਂ ਦੇ ਓਕੇ ਵੈਰੀ ਗੁੱਡ ਤੇ ਤੁਸੀਂ ਕੌਣ ਹੋ ਜੀ ਆਓ ਜਰਾ ਪਲੀਜ਼ ਇੱਥੇ ਆਓ ਸਾਡੇ ਕੋਲ ਇਹ ਗੁੱਡੀਆ ਜੀ ਆਓ ਜੀ ਆਓ ਨੇੜੇ ਆਓ ਮੰਮੀ ਦੇ ਕੋਲ ਆਓ ਇਹ ਤੁਹਾਡੀ ਬੇਟੀ ਹੈ ਵੈਰੀ ਗੁੱਡ ਕੀ ਕਰਦੇ ਨੇ ਵੈਰੀ ਗੁੱਡ ਤੇ ਤੁਹਾਡਾ ਵੀ ਬਾਹਰ ਜਾਣ ਦਾ ਮੂਡ ਹੈ ਕਿ ਅਜੇ ਇੱਥੇ ਰਹਿਣ ਦਾ ਮੂਡ ਹੈ ਬਾਹਰ ਜਾਣ ਦਾ ਮੂਡ ਹੈ ਦੇਖ ਲਓ ਜੀ ਦੇਖ ਲਓ ਜਗਤਾਰ ਭਾਜੀ ਤੇ ਕਰੀਏ ਕਿ ਅਸੀਂ ਕੁਛ ਨਹੀਂ ਕਹਿ ਸਕਦੇ ਪਰ ਤੁਸੀਂ ਤਾਂ ਆਪਣੀ ਕੋਸ਼ਿਸ਼ ਕਰ ਰਹੇ ਹੋ ਇੱਥੇ ਰੱਖਣ ਦੀ ਦੇਖੋ ਬਾਹਰ ਜਾਓ ਦੇ ਮੁਲਕ ਮਾੜੇ ਨਹੀਂ ਹੈਗੇ ਮੁਲਕ ਬਹੁਤ ਚੰਗੇ ਨੇ ਆਪਣੇ ਸਰਕਾਰਾਂ ਦਾ ਬਹੁਤ ਵੱਡਾ ਫੇਲੀਅਰ ਹੈ ਕਿ ਤੁਹਾਡੇ ਵਰਗੇ ਬ੍ਰੇਨ ਤੁਹਾਡੇ ਵਰਗੇ ਯੰਗ ਬੱਚੇ ਬਾਹਰ ਜਾ ਕੇ ਸੈੱਟ ਹੋਣ ਨੂੰ ਫਿਰਦੇ ਨੇ ਇਹ ਸਾਡੀਆਂ ਸਰਕਾਰਾਂ ਦੀ ਕਮਜ਼ੋਰੀ ਹੈ ਬਹੁਤ ਵੱਡੀ ਅਸੀਂ ਮੰਨਦੇ ਹਾਂ ਇਸ ਗੱਲ ਨੂੰ ਜ਼ਰੂਰ ਜਾਓ ਬਹੁਤ ਸੋਹਣੇ ਮੁਲਕ ਨੇ ਪਰ ਇਲੀਗਲ ਨਹੀਂ ਜਾਣਾ ਜਾਣਾ ਲੀਗਲ ਜਾਣਾ ਕਿਉਂ ਜਗਦਾਰ ਜੀ ਖੈਰ ਲੀਗਲੀ ਜਾ ਕੇ ਹਾਂ ਲੀਗਲ ਜਾਣਾ ਕਦੇ ਵੀ ਤੁਸੀਂ ਇਸ ਕੰਮ ਦਾ ਨਹੀਂ ਕਰਨਾ ਹੈ ਕਿ ਅਸੀਂ ਇਲੀਗਲ ਜਾ ਕੇ ਉੱਥੇ ਸੈੱਟ ਹੋ ਜਾਵਾਂਗੇ ਬਹੁਤ ਔਖਾ ਹੈ ਬਹੁਤ ਔਖਾ ਸੈੱਟ ਬਸ ਜਾਣਗੇ BDS ਦੇ ਹਿਸਾਬ ਨਾਲ ਬਹੁਤ ਵਧੀਆ ਜੀ BDS ਦਾ ਬਹੁਤ ਸਕੋਪ ਹੈ ਕੋਈ ਦਿੱਕਤ ਨਹੀਂ ਹੈਗੀ ਲੀਗਲ ਜਾਇਓ ਸੋਹਣੇ ਢੰਗ ਨਾਲ ਜਾਓ ਕੋਈ ਦਿੱਕਤ ਨਹੀਂ ਇਲੀਗਲ ਜਾਓਗੇ ਡੌਂਕੀਆਂ ਲਾ ਕੇ ਜਾਂਦੇ ਨੇ ਜਿਹੜੇ ਪੜ੍ਹੇ ਲਿਖੇ ਲੋਕ ਮੈਂ ਦੇਖਣੇ ਉਹ ਮਾੜੀ ਗੱਲ ਹੈ ਉੱਥੇ ਜਾ ਕੇ ਸੈੱਟ ਹੋਣਾ ਵੈਸੇ ਤਾਂ ਮੈਂ ਸਾਰੀ ਇਹ ਕਹਾਂਗਾ ਵੀ ਸਾਰੀ ਇਹ ਮਾੜੀ ਗੱਲ ਹੈ ਬਾਹਰ ਆਪਣਾ ਦੇਸ਼ ਆਪਣਾ ਪਰ ਚਲੋ ਫਿਰ ਵੀ ਬੱਚਿਆਂ ਨੇ ਵੀ ਦੇਖੋ ਦੁਨੀਆ ਚਾਹੇ ਦੁਨੀਆ ਘੁੰਮਣੀ ਚਾਹੀਦੀ ਹੈ ਘੁੰਮਣੀ ਚਾਹੀਦੀ ਹੈ ਜੀ ਉੱਥੋਂ ਸਿੱਖ ਕੇ ਆ ਕੇ ਵਾਪਸ ਇੱਥੇ ਵੀ ਥੋੜੀ ਸੇਵਾ ਕਰਿਓ ਇਸ ਗੱਲ ਦਾ ਤੁਹਾਨੂੰ ਅਸੀਂ ਰਿਕੁਐਸਟ ਕਰਦੇ ਚਲੋ ਐਕਸਪੀਰੀਅੰਸ ਦੱਸੋ ਇਹਨਾਂ ਦਾ ਪਹਿਲਾਂ ਮੈਂ ਕੰਟਰੈਕਟਰ ਹਾਂ ਵੈਸੇ ਆਪਦਾ ਥਰਡ ਪਾਰਟੀ ਕੰਟਰੈਕਟਰ ਹਾਂ ਮੈਂ ਗੈਸ ਪਾਈਪ ਲਾਈਨ ਦਾ ਮੈਂ ਕੰਮ ਚੱਲ ਰਿਹਾ ਜੀ ਮੇਰਾ ਓਕੇ ਅੰਮ੍ਰਿਤਸਰ ਜਿਹੜੀ ਨਵੀਂ ਗੈਸ ਪਾਈਪ ਕਰਨ ਜਾ ਰਹੀ ਹੈ ਇੱਥੇ ਵੀ ਆਪਾਂ ਕਰਕੇ ਗਏ ਹਾਂ ਪਟਿਆਲੇ ਵੀ ਟੋਰੈਂਟ ਗੈਸ 'ਚ ਵੀ ਆਪਣਾ ਹਿੱਸਾ ਪਾਇਆ ਆਪਾਂ ਨੇ ਅੰਮ੍ਰਿਤਸਰ 'ਚ ਆਪਣਾ ਗੁਜਰਾਤ ਗੈਸ ਪ੍ਰਾਈਵੇਟ ਲਿਮਿਟਡ ਕੰਪਨੀ ਹੈ ਉਹਨਾਂ ਨਾਲ ਆਪਣਾ ਕੰਮ ਚੱਲ ਰਿਹਾ ਵੈਰੀ ਗੁੱਡ ਬਾਕੀ ਆਪਣਾ ਇੱਕ ਜਾਖਲ ਸਾਡਾ ਸਟੋਰ ਹੈ ਮਲਟੀ ਸਟੋਰ ਮੈਗਾ ਮਲਟੀ ਸਟੋਰ ਜਿਵੇਂ ਕੋਸ਼ਿਸ਼ ਕੀਤੀ ਵੀ ਜਿਵੇਂ ਬਾਹਰਲੇ ਮੁਲਕਾਂ 'ਚ ਨਹੀਂ ਹੁੰਦਾ ਮਾਲ ਟਾਈਪ ਛੋਟਾ ਜਿਹਾ ਹਾਂਜੀ ਹਾਂ ਉਸ ਟਾਈਪ ਦਾ ਆਪਣਾ ਵੀ ਹਰ ਫਲੋਰ 'ਤੇ ਡਿਫਰੈਂਟ ਚੀਜ਼ਾਂ ਪਈਆਂ ਸਭ ਪਈਆਂ ਜੀ ਓਕੇ ਓਕੇ ਉਹ ਆਪਣੇ ਕੋਲ ਹੈਗੇ ਇਸ ਵੈਰੀ ਗੁੱਡ ਰਨ ਕਰ ਰਹੇ ਹੋ ਬਹੁਤ ਸੋਹਣੀ ਗੱਲ ਕਿਵੇਂ ਚੱਲਦਾ ਕੰਮ ਹਾਂਜੀ ਹੰਦਸ ਪੁੱਛੋ ਜੀ ਦੇਖੋ ਸਾਡਾ ਧੰਦਾ ਹੈ ਜੋ ਪੁਰਾਣਾ ਧੰਦਾ ਹੈ ਜੋ ਹਲੇ ਵੀ ਸਾਡੇ ਘਰੇ 5-6 ਮੱਝਾਂ ਖੜੀਆਂ ਨੇ ਅਸੀਂ ਖੁਦ ਗੋਬਰ ਵੀ ਮੈਡਮ ਚੱਕਦੀ ਹੈ ਲਾ ਲਓ ਵੀ ਹੈ ਨਾ ਅਤੇ ਇਹਦੇ ਵਿੱਚ ਕੀ ਦੇਖਿਆ ਸੀਗਾ ਮੈਂ ਕੰਗ ਸਾਹਿਬ ਨਾਲ ਪਿਛਲੇ ਮਹੀਨੇ ਆਇਆ ਸੀਗਾ ਇਹਦੇ 'ਚ ਮੈਂ ਕੀ ਦੇਖਿਆ ਨਾ ਤਾਂ ਆਪਾਂ ਨੇ ਕੋਈ ਗੋਹਾ ਚੱਕਣਾ ਨਾ ਹੀ ਇਹਨਾਂ ਦੇ ਟਾਈਮ ਸਿਰ ਕੋਈ ਖਾਣੇ ਪੀਣੇ ਦਾ ਵੀ ਕੋਈ ਹੈ ਨਹੀਂ ਬੜਾ ਤਰੀਕਾ ਥੋੜ੍ਹਾ ਜਿਹਾ ਖਾਂਦੀਆਂ ਨੇ ਕੋਈ ਪਿਸ਼ਾਬ ਨਹੀਂ ਇੰਨਾ ਕਰਦੀਆਂ ਜੇ ਆਪਾਂ ਉਹਨਾਂ ਨੂੰ ਗੰਦਗੀ ਜ਼ਿਆਦਾ ਫੈਲਦੀ ਹੈ ਬਿਲਕੁਲ ਦੇਖੋ ਝਾੜੂ ਲਾਉਣ ਲੱਗ ਰਹੇ ਨੇ ਸਾਫ਼ ਹੋ ਜੂਗਾ ਇਹ 15 ਮਿੰਟਾਂ ਦਾ ਕੰਮ ਹੈ ਇਹ ਕੋਈ ਗੋਹਾ ਚੱਕ ਕੇ ਪਾਥੀਆਂ ਨਹੀਂ ਪੱਥਣੀਆਂ ਕੁਛ ਨਹੀਂ ਕਰਨਾ ਬਾਕੀ ਜਿਹੜੀਆਂ ਇਹਨਾਂ ਦਾ ਵੇਸਟ ਹੈ ਉਹ ਵੀ ਬਹੁਤ ਜ਼ਿਆਦਾ ਕੰਮ ਆਉਂਦਾ ਦੇਖੋ ਜੀ ਹੈ ਨਾ ਅਤੇ ਜਿੰਨਾ ਕੁ ਖਾਂਦੇ ਆ ਉਨਾ ਕੁ ਆਪਾਂ ਨੂੰ ਵੇਸਟ ਦੇ ਦਿੰਦਾ ਜੀ ਦੇਖੋ ਜੀ ਇਹ ਕੋਈ ਚੀਜ਼ ਤਾਂ ਅੱਜ ਖਰਾਬ ਹੋਣ ਵਾਲੀ ਹੈ ਹੀ ਨਹੀਂ ਦੇਖੋ ਅੱਜ ਆਪਾਂ ਜਿਹੜੇ ਮੁਲਕ 'ਚ ਬੈਠੇ ਹਾਂ ਬਾਹਰਲੇ ਮੁਲਕਾਂ ਦੀ ਗੱਲ ਨਹੀਂ ਕਰਦਾ ਹੈਗਾ ਮੈਡਮ ਉੱਥੇ ਤੁਸੀਂ ਮੱਝ ਜਾਂ ਗਾਂ ਰੱਖੀ ਆ ਕੋਈ ਇਸ ਮੁਲਕ 'ਚ ਜਦੋਂ ਉਹਨੂੰ ਕੁਛ ਹੋ ਗਿਆ ਜਾਂ ਮਰਨ ਵਾਲੀ ਹੈ ਜਾਂ ਬੁੱਢੀ ਹੋ ਗਈ ਉਹਦਾ ਅਲਟੀਮੇਟ ਉਹਨੇ ਆਪਣੀ ਹੱਡਾ ਰੋਲੀ 'ਤੇ ਜਾਣਾ ਖਤਮ ਜਾਣਾ ਖਤਮ ਹੋ ਜਾਣਾ ਠੀਕ ਹੈ ਨਾ ਜੀ ਇਹ ਜਾਨਵਰ ਇਹ ਹੈ ਜਾਂ ਮਰਦੇ ਮਰਦੇ ਵੀ ਤੁਹਾਨੂੰ ਕੁਛ ਦੇ ਜਾਂਦੇ ਕਿੱਡੀ ਵੱਡੀ ਗੱਲ ਹੈ ਹੈਂਜੀ ਬਾਹਰਲੇ ਮੁਲਕਾਂ 'ਚ ਤਾਂ ਉਹ ਨਹੀਂ ਮੱਝਾਂ ਗਾਂ ਨਹੀਂ ਵੇਸਟ ਕਰਦੇ ਪਰ ਇੱਥੇ ਤਾਂ ਵੇਸਟ ਹੁੰਦੀਆਂ ਨੇ ਸਾਰੀਆਂ ਪਰ ਇਹ ਜਾਨਵਰ ਨੇ ਨਾਲ ਦੀ ਨਾਲ ਤੁਹਾਡਾ ਘਰ ਪੂਰਾ ਕਰ ਦੇਣਾ ਤੁਹਾਨੂੰ ਲੱਗਿਆ ਪਤਾ ਬੁੱਢੇ ਹੋ ਗਏ ਹੁਣ ਕਿਸੇ ਕੰਮ ਦੇ ਨਹੀਂ ਤੁਸੀਂ ਮੀਟ 'ਚ ਚਲੇ ਜਾਂਦੀ ਹੈ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਅਤੇ ਅਸੀਂ ਤੁਹਾਡਾ ਬਹੁਤ ਸ਼ੁਕਰੀਆ ਕਰਦੇ ਸਾਡੇ ਫਾਰਮ 'ਤੇ ਆਏ ਹੋ ਅਤੇ ਹੋਪ ਕਰਦੇ ਹਾਂ ਕਿ ਤੁਸੀਂ
ਬਹੁਤ ਇੰਜੋਏ ਕਰੋਗੇ ਇੱਥੇ ਆ ਕੇ। ਤੁਸੀਂ ਰਾਤ ਰੁਕ ਰਹੇ ਹੋ ਘਰੇ ਜਾਣਾ ਜੀ? ਜੀ ਸਰ, ਮੈਂ ਘਰੇ ਜਾਵਾਂ, ਆਪਣੇ ਰਿਸ਼ਤੇਦਾਰ ਦੇ ਹੋਟਲ 'ਚ ਨਹੀਂ ਰੁਕ ਰਿਹਾ। ਓਕੇ, ਸਵੇਰੇ ਮੈਂ ਅਰਲੀ ਮੋਰਨਿੰਗ ਜਦ ਆਪਣਾ ਪਕੌੜੇ ਇੱਥੇ ਘਰੇ ਖਾਵਾਂਗੇ। ਵੈਰੀ ਗੁੱਡ। ਅਤੇ ਆਪਣਾ ਖਾਣਾ ਕਿਵੇਂ ਲੱਗਿਆ? ਬਹੁਤ ਵਧੀਆ ਸਰ, ਸਾਰਾ ਕੁਛ ਓਕੇ ਸੀਗਾ? ਵਧੀਆ, ਸਿੰਪਲ ਖਾਣਾ ਸੀਗਾ। ਕੋਈ ਦਿੱਕਤ, ਕੋਈ ਅਸੀਂ ਸਾਨੂੰ ਕੋਈ ਇੰਪਰੂਵ ਕਰਨ ਦੀ ਲੋੜ ਕਿਸੇ ਚੀਜ਼ ਦੀ? ਕਿਸੇ ਚੀਜ਼ ਦੀ ਇੰਪਰੂਵ ਕਰਨ ਦੀ ਲੋੜ ਨਹੀਂ, ਬਸ ਥੋੜ੍ਹਾ ਟਾਈਮ ਨੂੰ, ਅੱਜ ਧੁੰਦ ਕਰਕੇ ਥੋੜ੍ਹਾ ਟਾਈਮ ਥੋੜ੍ਹਾ ਲੇਟ ਹੋ ਗਿਆ। ਦੇਖੋ ਬਸ ਉਹ ਟਾਈਮ ਥੋੜ੍ਹਾ ਕਵਰ ਹੋ ਜਾਵੇ, ਆਪਾਂ ਕੱਲ੍ਹ ਨੂੰ ਘੰਟਾ ਵੱਧ ਲਾ ਲਾਂਗੇ, ਉਹ ਕਵਰ ਹੋ ਜਾਊਗਾ। ਠੀਕ ਹੈ ਜੀ। ਦੇਖੋ ਵੀਰ ਜੀ, ਕੋਈ ਵੀ ਕੰਮ ਹੈ ਸਿੱਖਣਾ ਤਾਂ ਪੈਣਾ ਹੀ ਹੈ, ਕੋਈ ਵੀ ਕੰਮ ਕਰ ਲਓ ਤੁਸੀਂ ਸਿੱਖਣਾ ਪੈਣਾ ਹੈ। ਜੋ ਵੀ ਕੰਮ ਕਰੋਗੇ ਤੁਸੀਂ, ਮੈਂ ਕਹਿੰਦਾ ਵੀ ਜੋ ਵੀ ਕੰਮ ਕਰਦੇ ਹੋ ਤੁਸੀਂ 100% ਹੋ ਕੇ ਹੀ ਕਰੋ, ਭਲੇ ਉਹ 1 ਘੰਟਾ ਕਰ ਲਓ, 2 ਘੰਟੇ ਕਰ ਲਓ, 4 ਘੰਟੇ ਕਰ ਲਓ। ਜਿਵੇਂ ਹੁਣ ਟ੍ਰੇਨਿੰਗ ਸੀਗੀ, ਟ੍ਰੇਨਿੰਗ ਦੇ ਵਿੱਚ ਆਪਾਂ ਸਿੱਖਦੇ ਹਾਂ, ਸਕੂਲਾਂ 'ਚ ਚਲੋ ਆਪਾਂ ਅੱਧੇ ਕਿਤੇ ਹੋਰ ਦਿਮਾਗ ਹੁੰਦਾ, ਹੁਣ ਇਹ ਆਪਣਾ ਇੱਕ ਫਿਊਚਰ ਵਾਸਤੇ, ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਟ੍ਰੇਨਿੰਗ ਸੀਗੀ, ਅਤੇ ਮਤਲਬ ਐਂ ਸੋਚੋ ਵੀ ਸਾਰਾ ਧਿਆਨ ਬਿਲਕੁਲ ਉਸੇ 'ਤੇ ਹੋਣਾ ਚਾਹੀਦਾ ਟ੍ਰੇਨਿੰਗ ਦੇ ਉੱਪਰ। ਬਿਲਕੁਲ। ਅਤੇ ਇੱਕ ਵੀ ਅਗਰ ਆਪਾਂ ਮੈਡੀਸਨ ਭੁੱਲ ਗਏ ਵੀ ਕਦੋਂ ਖਵਾਉਣੀ ਹੈ, ਕਦੋਂ ਬੱਚੇ ਨੂੰ ਦੇਣੀ ਹੈ, ਉਹ ਸਾਰਾ ਨੁਕਸਾਨ ਕਰ ਦੂਗਾ। ਬਿਲਕੁਲ। ਠੀਕ ਹੈ ਜੀ। ਅਤੇ ਇਸ ਹਿਸਾਬ ਨਾਲ ਡਿਵੈਲਪ ਹੋ ਰਿਹਾ ਜੀ, ਕੱਲ੍ਹ ਨੂੰ ਫਿਰ ਹੈ, ਕੱਲ੍ਹ ਨੂੰ ਫਿਰ ਹੋਰ ਐਕਸਪੀਰੀਅੰਸ ਮਿਲੂਗਾ ਜੀ। ਠੀਕ ਹੈ ਕਿੰਗ ਸਰ, ਥੈਂਕ ਯੂ ਭਾਅ ਜੀ, ਥੈਂਕ ਯੂ ਵੈਰੀ ਮੱਚ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ ਪਰਿਵਾਰ ਦਾ ਜੀ, ਤੁਹਾਨੂੰ ਰੱਬ ਬਹੁਤ ਬਹੁਤ ਤਰੱਕੀਆਂ ਬਖਸ਼ੇ।